ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਪ੍ਰੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਸੋ ਡੈਫੀਨੇਟਲੀ ਅੱਜ ਦੇ ਇਸ ਵੀਡੀਓ ਦੇ ਵਿੱਚ ਬੇਸਿਕ ਟੌਪਿਕ ਜਿਹੜਾ ਰਹੇਗਾ ਜੀ, ਉਹ ਰਹੇਗਾ ਕੋਵਿਡ 19 ਦੀਆਂ ਰਿਸਟ੍ਰਿਕਸ਼ਨਸ ਨੂੰ ਲੈ ਕੇ, ਜਿਹੜੀਆਂ ਯੂਕੇ ਦੇ ਵਿੱਚ ਕਦੋਂ ਐਂਡ ਹੋ ਰਹੀਆਂ ਨੇ, ਕੀ ਗਵਰਨਮੈਂਟ ਪ੍ਰੋਵੀਜ਼ਨਸ ਬਣਾ ਰਹੀ ਹੈ, ਐਂਡ ਆਉਣ ਵਾਲੇ ਇਨਟੇਕਸ ਦੇ ਵਿੱਚ ਸਟੂਡੈਂਟਸ ਕੀ ਆਫਲਾਈਨ ਕਲਾਸਿਸ ਯਾਨੀ ਕਿ ਔਨ ਕੈਂਪਸ ਕਲਾਸਿਸ ਅਟੈਂਡ ਕਰ ਪਾਉਣਗੇ। ਸੋ ਡੈਫੀਨੇਟਲੀ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ, ਕਾਫੀ ਇੰਪੋਰਟੈਂਟ ਔਰ ਯੂਜ਼ਫੁਲ ਇਨਫੋਰਮੇਸ਼ਨ ਹੈ। ਐਂਡ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਮੇਰੀ ਤੁਹਾਡੇ ਤੱਕ ਰਿਕੁਐਸਟ ਰਹੇਗੀ, ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਆਪਣੇ ਨੈਟਵਰਕ 'ਚ ਸ਼ੇਅਰ ਕਰੋ, ਔਰ ਨਾਲ ਦੀ ਨਾਲ ਜਿਹੜੇ ਦੋਸਤ ਸਾਡੇ ਨਾਲ ਈਵਨ ਆਨਲਾਈਨ ਵੀ ਕਨੈਕਟ ਹੋਣਾ ਚਾਹੁੰਦੇ ਨੇ ਜੀ, ਤੁਸੀਂ ਸਾਡੀ ਵੈਬਸਾਈਟ broadwaystudy.com ਦੇ ਉੱਤੇ ਕਨੈਕਟ ਹੋ ਸਕਦੇ ਹੋ। ਸੋ ਜ਼ਿਆਦਾ ਸਮਾਂ ਨਹੀਂ ਲਵਾਂਗਾ, ਅੱਜ ਦੇ ਟੌਪਿਕ ਦੇ ਉੱਤੇ ਗੱਲ ਕਰਦੇ ਹਾਂ। ਸੋ ਪ੍ਰੈਜੈਂਟਲੀ ਅਗਰ ਯੂਕੇ ਨੂੰ ਲੈ ਕੇ ਗੱਲਬਾਤ ਕੀਤੀ ਜਾਵੇ ਤਾਂ ਬਹੁਤ ਹੀ ਪੋਜ਼ਿਟਿਵ ਡਿਵੈਲਪਮੈਂਟਸ ਰਹੀਆਂ ਨੇ ਥਰੂ ਆਊਟ ਲਾਸਟ ਈਅਰ ਸਪਟੈਂਬਰ ਤੋਂ ਲੈ ਕੇ। ਸੋ ਯੂਕੇ ਇੱਕ ਫਸਟ ਕੰਟਰੀ ਸੀ ਜਿਹਨੇ ਬਹੁਤ ਹੀ ਬੋਲਡ ਸਟੈਪ ਲਏ, ਸਟੂਡੈਂਟਸ ਨੂੰ, ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀਜ਼ਾ ਦਿੱਤਾ, ਟਰੈਵਲ ਹੋਣ ਦਿੱਤਾ। ਸੋ ਡੈਫੀਨੇਟਲੀ ਇਹ ਚੀਜ਼ਾਂ ਚੱਲਦੀਆਂ ਅੱਜ ਤੱਕ ਬਿਲਕੁਲ ਪੋਸੀਬਲ ਨੇ। ਜ਼ਰੂਰ ਉਹਦੇ ਵਿੱਚ ਕੁਝ ਨਾ ਕੁਝ ਟਰੈਵਲ ਰਿਸਟ੍ਰਿਕਸ਼ਨਸ ਲਈਆਂ, ਲਿਮਿਟਿਡ ਨੰਬਰ ਆਫ ਫਲਾਈਟਸ ਰਹੇ, ਬਟ ਸਟਿਲ ਸਟੂਡੈਂਟਸ ਜਿਹੜੇ ਨੇ ਉਹ ਟਰੈਵਲ ਕਰ ਰਹੇ ਨੇ। ਹੁਣ ਐਟ ਪ੍ਰੈਜੈਂਟ ਅਗਰ ਗੱਲ ਕੀਤੀ ਜਾਵੇ ਤਾਂ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਅਨਾਊਂਸ ਕੀਤਾ ਕਿ ਬਹੁਤ ਜਲਦ ਬਾਏ ਐਂਡ ਆਫ ਜੂਨ, ਪ੍ਰੋਬੇਬਲੀ ਜੂਨ 21 ਤੱਕ ਜਿਹੜੀਆਂ ਕੋਵਿਡ 19 ਦੀਆਂ ਰਿਸਟ੍ਰਿਕਸ਼ਨਸ ਯੂਕੇ ਦੇ ਵਿੱਚ ਹੈ ਉਹ ਆਲਮੋਸਟ ਐਂਡ ਹੋ ਜਾਣਗੀਆਂ। ਸੋ ਉਹਦੇ ਉੱਤੇ ਸਟੈਪ ਬਾਏ ਸਟੈਪ ਜਿਹੜੀ ਹੈ ਜੀ ਪ੍ਰੋਵੀਜ਼ਨ ਸਟਾਰਟ ਹੋਣੇ ਸ਼ੁਰੂ ਹੋ ਚੁੱਕੇ ਨੇ। ਬਹੁਤ ਸਾਰੇ ਸਟੂਡੈਂਟ ਦੀਆਂ ਕਨਫਿਊਜ਼ਨ ਸੀਗੀਆਂ ਕਿ ਯੂਕੇ ਜਾ ਕੇ ਵੀ ਸਾਨੂੰ ਆਨਲਾਈਨ ਪੜ੍ਹਨਾ ਪਏਗਾ, ਕਿੰਨਾ ਲੰਬਾ ਸਮਾਂ ਪੜ੍ਹਨਾ ਪਏਗਾ। ਸੋ ਡੈਫੀਨੇਟਲੀ ਹੁਣ ਜਿਹੜਾ ਸਟੂਡੈਂਟ ਮੇ ਔਰ ਸਪਟੈਂਬਰ ਇਨਟੇਕ ਦੇ ਲਈ ਆਪਣੀ ਐਪਲੀਕੇਸ਼ਨ ਪ੍ਰੋਸੈਸ ਕਰ ਰਿਹਾ, ਤੁਹਾਡੇ ਕੋਲ ਯੂਕੇ ਦੇ ਵਿੱਚ ਬਿਲਕੁਲ ਈਜ਼ ਰਹੇਗੀ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਨੂੰ ਲੈ ਕੇ। ਤੁਸੀਂ ਆਪਣੀਆਂ ਯੂਨੀਵਰਸਿਟੀਜ਼ ਦੇ ਵਿੱਚ ਔਨ ਕੈਂਪਸ ਕਲਾਸਿਸ ਲਗਾ ਪਾਓਗੇ, ਫਰੀਲੀ ਮੂਵ ਕਰ ਸਕਦੇ ਹੋ, ਬਿਕੋਜ਼ ਐਟ ਪ੍ਰੈਜੈਂਟ ਉਹਨਾਂ ਨੇ ਹਾਊਸ ਹੋਲਡ ਐਕਟੀਵਿਟੀਜ਼ ਨੂੰ, ਸਕੂਲਿੰਗ ਨੂੰ ਓਪਨ ਕਰ ਰਹੇ ਨੇ ਸਟੈਪ ਬਾਏ ਸਟੈਪ ਇਨ ਕਮਿੰਗ ਵੀਕਸ। ਸੋ ਡੈਫੀਨੇਟਲੀ ਬਹੁਤ ਹੀ ਪੋਜ਼ਿਟਿਵ ਸਮਾਂ ਯੂਕੇ ਦੇ ਵਿੱਚ ਆਉਣ ਵਾਲਾ ਸਮਾਂ ਹੈਗਾ। ਸੋ ਖਾਸ ਤੌਰ 'ਤੇ ਮੇ ਔਰ ਸਪਟੈਂਬਰ ਦੇ ਵਿੱਚ ਜਿਹੜੇ ਦੋਸਤ ਅਪਲਾਈ ਕਰਨਾ ਚਾਹੁੰਦੇ ਨੇ, ਤੁਹਾਡੇ ਕੋਲ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ ਜਿਨ੍ਹਾਂ ਵਿੱਚ ਤੁਸੀਂ ਵਿਦਆਊਟ ਆਇਲਸ, ਵਿਦ ਆਇਲਸ, ਘੱਟ ਪਰਸੈਂਟੇਜ ਦੇ ਉੱਤੇ, MOI ਬੇਸਿਸ ਦੇ ਉੱਤੇ ਸਪਾਊਸ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰ ਸਕਦੇ ਹੋ। ਸੋ ਜਲਦ ਆਪਣੀਆਂ ਐਪਲੀਕੇਸ਼ਨਸ ਨੂੰ ਬ੍ਰੌਡਵੇ ਦੇ ਨਾਲ ਇਨੀਸ਼ੀਏਟ ਕਰਨ ਲਈ ਤੁਸੀਂ ਸਾਡੇ ਹੈਲਪਲਾਈਨ ਦੇ ਉੱਤੇ ਕੰਟੈਕਟ ਕਰ ਸਕਦੇ ਹੋ, ਜਿਹੜਾ ਕਿ 9023890238 ਹੈ। ਐਂਡ ਈਵਨ ਸਾਡੇ ਆਫਿਸਿਸ ਵਿਜ਼ਿਟ ਕਰਕੇ ਜੋ ਕਿ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਮੋਹਾਲੀ ਔਰ ਬਠਿੰਡਾ ਦੇ ਵਿੱਚ ਫੁੱਲੀ ਓਪਰੇਸ਼ਨਲ ਨੇ, ਤੁਸੀਂ ਕਨੈਕਟ ਕਰਕੇ ਯੂਕੇ ਦੀਆਂ ਸਪੈਸ਼ਲੀ ਐਪਲੀਕੇਸ਼ਨਸ ਨੂੰ ਪ੍ਰੋਸੀਡ ਕਰ ਸਕਦੇ ਹੋ। ਸੋ ਅੱਜ ਦੇ ਵੀਡੀਓ ਨੂੰ ਕੰਕਲੂਡ ਕਰਦੇ ਹਾਂ ਜੀ, ਜੁੜੇ ਰਹੋ ਇਸੇ ਤਰੀਕੇ ਦੇ ਨਾਲ ਚੈਨਲ ਦੇ ਨਾਲ। ਸੋ ਆਉਣ ਵਾਲੇ ਸਮੇਂ 'ਚ ਤੁਸੀਂ ਟਾਈਮ ਟੂ ਟਾਈਮ ਬਿਲਕੁਲ ਅਪਡੇਟਿਡ ਰਹੋ। ਸੋ ਅੱਜ ਲਈ ਮੈਨੂੰ ਦਿਓ ਇਜਾਜ਼ਤ, ਥੈਂਕ ਯੂ। नमस्कार दोस्तों, जो दोस्त ब्रॉडवे इमिग्रेशन की सर्विसेज लेना चाहते हैं वो कैसे हमारे साथ कॉन्टेक्ट कर सकते हैं उसके लिए मैं आपको शुरू में जरूर बताऊंगा। सो यू जस्ट हैव टू फॉलो थ्री स्टेप्स, अ सिंपल थ्री स्टेप्स। नंबर वन, यू नीड टू विजिट आवर वेबसाइट broadwaystudy.com। नंबर टू, यू नीड टू फिल अ फॉर्म, वेबसाइट पे एक फॉर्म होगा, यू हैव टू फिल योर नेम, नंबर एंड द कंट्री यू विश टू ट्रेवल। एंड नंबर थ्री, उसके बाद जब आप फॉर्म सबमिट करेंगे यू कैन सी आवर ऑनलाइन काउंसलर्स आउट देयर, यू कैन सेलेक्ट योर काउंसलर बाय जस्ट क्लिकिंग एनी वन ऑफ देम एंड द वीडियो कॉल विल स्टार्ट ऑटोमेटिकली। जैसे ही आप किसी एक काउंसलर के नाम पे क्लिक करेंगे वो वीडियो कॉल अपने आप ऑटोमेटिकली स्टार्ट हो जाएगी। सो एनी वेयर फ्रॉम इंडिया, आउटसाइड इंडिया, यू विश टू टेक अ ब्रॉडवे इमिग्रेशन सर्विसेज, यू कैन अप्लाई विद अस ऑनलाइन फ्रॉम योर होम, फ्रॉम योर कंट्री। थैंक यू। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।